ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਜੇ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਨੇ ਬਹੁਤ ਭਿਆਨਕ ਨੁਕਸਾਨ ਕੀਤਾ ਗਿਆ, ਕਿਸਾਨਾਂ ਦਾ, ਮਜ਼ਦੂਰਾਂ ਦਾ, ਹਰ ਇੱਕ ਵਰਗ ਦਾ, ਜਿਹਦੇ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਗਿਆ, ਘਰਾਂ ਦਾ ਬਹੁਤ ਨੁਕਸਾਨ ਹੋਇਆ ਗਿਆ। ਅਤੇ ਇਸ ਵਕਤ ਤੁਸੀਂ ਦੇਖ ਰਹੇ ਹੋਵੋਗੇ, ਮੈਂ ਇਸ ਵਕਤ ਸੁਨਾਮ ਦੇ ਵਿੱਚ ਹਾਂ। ਇੱਥੋਂ ਨੌਜਵਾਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ, ਜੋ ਕਿ ਇੱਥੋਂ ਪਾਣੀ ਰਾਸ਼ਨ ਹੈ ਜਿਹੜਾ ਲੈ ਕੇ ਜਾ ਰਹੇ ਨੇ, ਪਾਣੀ ਵੀ ਆ, ਬ੍ਰੈਡ ਤੁਸੀਂ ਦੇਖ ਰਹੇ ਹੋਵੋਗੇ, ਇਹ ਲੈ ਕੇ ਜਾ ਰਹੇ ਨੇ ਨੌਜਵਾਨ ਇੱਥੋਂ। ਅਤੇ ਜਿਹੜੇ ਵੀਰ ਇਹਨਾਂ ਦੇ ਨਾਲ ਜਾਣਾ ਚਾਹੁੰਦੇ ਨੇਗੇ ਅਤੇ ਉਹ ਤੁਸੀਂ ਜਾ ਵੀ ਸਕਦੇ ਹੋਗੇ। ਤੁਹਾਨੂੰ ਸਾਰਾ ਕੁਝ ਮੇਰਾ ਵੀਰ ਗੁਲਸ਼ਨ ਮੇਰੇ ਨਾਲ ਹੈਗਾ, ਜੋ ਕਿ ਸਾਰੀ ਸੇਵਾ ਹੈ ਅਤੇ ਇਹਨਾਂ ਦੀ ਟੀਮ ਹੈ ਜਿਹੜੀ ਉਹ ਸਾਰੀ ਸੇਵਾ ਨਿਭਾ ਰਹੀ ਹੈ। ਅਤੇ ਤੁਸੀਂ ਇਹਨਾਂ ਦੇ ਕੋਲ ਕੋਈ ਰਾਸ਼ਨ ਪਾਣੀ ਪਹੁੰਚਾਉਣਾ ਚਾਹੁੰਦਾ ਹੈਗਾ ਤਾਂ ਉਹ ਵੀ ਪਹੁੰਚਾ ਜਾ ਸਕਦਾ। ਗੁਲਸ਼ਨ ਜੀ, ਸਾਰਾ ਪ੍ਰੋਗਰਾਮ ਬਾਰੇ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੀਰੇ, ਆਪਾਂ ਮੇਰਾ ਵੀਰ ਛੋਟਾ ਵੀਰ ਗੈਵੀ ਹੈ, ਗੈਵੀ ਸੁਣਾਵਾਂ, ਉਹਦਾ ਉਪਰਾਲਾ ਕੀਤਾ ਹੋਇਆ ਹੈਗਾ ਸਾਰਾ ਇਹ। ਆਪਾਂ ਉਹਦੇ ਘਰ ਹੀ ਖੜ੍ਹੇ ਹਾਂ ਇਸ ਟਾਈਮ, ਉਹਦੇ ਫਰੈਂਡ ਸਰਕਲ ਵੱਲੋਂ ਸਾਰਾ ਉਪਰਾਲਾ ਕੀਤਾ ਗਿਆ, ਨਾਲ ਆਪਣੇ ਗਰੁੱਪ ਦੀ ਵੀ ਸਪੋਰਟ ਮਿਲੀ ਹੈਗੀ। ਆਪਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵੀ ਆਹ ਸਾਰਾ ਰਾਸ਼ਨ ਪਾਣੀ ਜਿੰਨਾ ਕੁਛ ਵੀ ਹੈਗਾ ਆਪਾਂ ਕੱਲ੍ਹ ਨੂੰ ਇਹ ਸਵੇਰੇ ਲੈ ਕੇ ਜਾ ਰਹੇ ਹਾਂਗੇ। ਪਾਤੜਾ ਖਨੌਰੀ ਸਾਈਡ ਜਾਵਾਂਗੇ ਆਪਾਂ, ਜਿੱਥੇ ਜਿੱਥੇ ਆਪਾਂ ਨੂੰ ਜਿਹੜੇ ਜਿਹੜੇ ਪਿੰਡ ਦੇ ਵਿੱਚ ਲੱਗੂਗਾ ਆਪਾਂ ਨੂੰ ਵੀ ਹਾਂ ਵੀ ਇੱਥੇ ਬਾਕੀ ਆਹ ਚੀਜ਼ ਦੀ ਲੋੜ ਹੈ, ਨਾਲ ਆਪਣਾ ਹਰਾ ਚਾਰਾ ਵੀ ਲੈ ਕੇ ਜਾਵਾਂਗੇ ਡੰਗਰਾਂ ਵਾਸਤੇ। ਉਹ ਨੀਲੋਵਾਲ ਤੋਂ ਆਪਣੇ ਗੁਰੀ ਵੀਰ ਉਹ ਰਹੇ ਨੇਗੇ, ਜਿਹੜੇ ਆਪਾਂ ਨੂੰ ਮੁਫਤਾਈ ਸੇਵਾ ਵਾਲੇ ਕਲੱਬ ਵਾਲੇ ਨੇਗੇ, ਉਹ ਸਪੋਰਟ ਕਰ ਰਹੇ ਨੇ ਹਰੇ ਚਾਰੇ ਦੀ ਆਪਣੇ ਨਾਲ। ਉਹ ਵੀ ਸਵੇਰੇ ਜਾਣਗੇ, ਸਵੇਰੇ ਆਪਾਂ ਉਦੋਂ 5:30 ਵਜੇ ਨੂੰ ਉਦੋਂ ਤੁਰਾਂਗੇ, 5 ਤੋਂ 5:30 ਵਜੇ ਮਾਤਾ ਮੋਤੀ ਮੰਦਿਰ ਦੇ ਬਾਹਰ ਤੋਂ ਤੁਰਾਂਗੇ। 99 ਸਟੋਰ ਆ ਉੱਥੇ, ਉਹਦੇ ਮੂਹਰੇ ਸਾਰੇ ਇਕੱਠੇ ਹੋਵਾਂਗੇ, ਉੱਥੋਂ ਸਾਰੇ ਇਕੱਠੇ ਹੋ ਕੇ ਜਾਵਾਂ। ਜੇ ਕਿਸੇ ਵੀਰ ਨੇ ਵੀ ਸੇਵਾ ਕਰਨੀ ਆ ਉੱਥੇ, ਵਲੰਟੀਅਰੀ ਕਰਨੀ ਆ, ਤਾਂ ਸਾਡੇ ਨਾਲ ਜਾ ਸਕਦਾ ਹੈਗਾ। ਜੇ ਕਿਸੇ ਨੇ ਰਾਸ਼ਨ ਭੇਜਣਾ ਉਹ ਵੀ ਵੀਰ ਸਾਡੇ ਨੰਬਰਾਂ 'ਤੇ ਕੰਟੈਕਟ ਕਰਕੇ ਭੇਜ ਸਕਦਾ ਹੈਗਾ। ਧੰਨਵਾਦ। ਸੋ ਨੰਬਰ ਇਹਨਾਂ ਵੀਰਾਂ ਦੇ ਦਿੱਤੇ ਹੋਏ ਨੇਗੇ, ਅਤੇ ਕੋਈ ਵੀ ਜਿਹੜਾ ਰਾਸ਼ਨ ਹੈਗਾ ਸਵੇਰੇ 5:30 ਵਜੇ ਜਿਵੇਂ ਦੱਸਿਆ ਗਿਆ, ਉੱਥੇ ਇਕੱਠੇ ਹੋ ਜਾਓ ਜਗ੍ਹਾ ਵਿੱਚ ਬਾਈ ਨੇ ਦੱਸੀ ਹੈ। ਦੇਖ ਰਹੇ ਹੋ ਸਮਾਨ ਹੈ ਸਾਰਾ, ਬ੍ਰੈਡ ਵੀ ਨੇ, ਕਿਉਂਕਿ ਸੁੱਕਾ ਸਮਾਨ ਜ਼ਿਆਦਾ ਪ੍ਰਸ਼ਾਸਨ ਵੱਲੋਂ ਵੀ ਸੁੱਕਾ ਸਮਾਨ ਦੀ ਅਪੀਲ ਕੀਤੀ ਗਈ ਹੈ। ਰਾਸ਼ਨ ਬ੍ਰੈਡ ਹੋ ਗਿਆ ਜਾਂ ਛੋਲੇ ਹੋ ਗਏ, ਅਤੇ ਹਾਂਜੀ ਸੁੱਕਾ ਦੁੱਧ ਵੀ ਹੈ, ਸੁੱਕਾ ਦੁੱਧ ਹੈ ਜਿਹੜਾ ਉਹ ਵੀ ਸ਼ਹਿਰ ਵਾਸੀਆਂ ਨੇ ਪਹੁੰਚਾਇਆ ਇਹਨਾਂ ਦੇ ਕੋਲ, ਸੁੱਕਾ ਦੁੱਧ ਵੀ ਪਹੁੰਚਾਇਆ ਗਿਆ। ਆਹ ਪਾਣੀ ਹੈ ਜਿਹੜਾ, ਇਹ ਪਾਣੀ ਦਾ ਬੋਤਲਾਂ, ਕੋਈ ਪਾਣੀ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ, ਗਰਮੈਸ਼ ਹੈ, ਪਾਣੀ ਦੀ ਲੋੜ ਰਹਿੰਦੀ ਹੈਗੀ। ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ, ਅਸੀਂ ਵੀਡੀਓ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ, ਤਾਂ ਕਿ ਜੋ ਜਿਹੜੇ ਵੀ ਲੋੜਵੰਦ ਲੋੜ ਆਪਣਾ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਪਹੁੰਚ ਸਕੇ, ਅਤੇ ਜੋ ਵੀਰ ਜਾਣਾ ਚਾਹੁੰਦੇ ਨੇ ਸਵੇਰੇ, ਉਹ ਇਹਨਾਂ ਦੇ ਉੱਪਰ ਨੰਬਰ ਦਿੱਤੇ ਹੋਏ ਨੇ, 5:30 ਵਜੇ ਜਾਣਗੇ ਸੁਨਾਮੋ, ਤੁਰਨਗੇ ਇਹ। ਸੋ ਉਹਨਾਂ ਦੇ ਕੋਲ ਤੁਸੀਂ ਪਹੁੰਚ ਕੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦੇ ਨਾਲ ਉੱਥੇ ਸੇਵਾ ਕਰਨ ਵਾਸਤੇ ਜ਼ਰੂਰ ਪਹੁੰਚੋ। ਸੋ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ। ਜੈ ਮਾਤਾ ਦੀ ਜਿੰਨਾ ਵੀ ਵੀਰ ਬਾਈ ਜਦੋਂ ਤਿੰਨ ਪੁਲ ਸਰਦਾ ਕੇ ਇਹਨਾਂ ਨਾਲ ਖੜੇ ਉਹਨਾਂ ਨੇ ਹੈਲਪ ਕਰੋ, ਸਵੇਰੇ ਜਾਣਗੇ ਜੋ ਵਿੱਚ ਪੱਠੇ ਪਾ ਜੋ ਵੀ ਹੁੰਦਾ ਗਾ, ਦਾਨ ਦਕਸ਼ਨਾ ਪੈਸਾ ਅਤੇ ਜੋ ਵੀ ਦੇ ਸਕਦੇ ਤੇ ਵੀਰਾ ਹੱਥ ਬੰਨ ਕੇ ਬੇਬੇ ਸਾਰੇ ਹੈਲਪ ਕਰੋ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਵੇਂ ਧੰਨਵਾਦ ਕਰਾਂ ਜਿਨ੍ਹਾਂ ਨੇ ਬਾਹਰੋਂ ਵੀ ਲਾ ਲਓ ਉਰੋਂ ਵੀ ਲਾ ਲਓ ਜਿਹੜੇ ਦਾਨ ਕੀਤਾ, ਮੈਂ ਕਹਿੰਦਾ ਦਿਲੋਂ ਧੰਨਵਾਦ ਤੁਹਾਡਾ, ਅਤੇ ਦਿਲੋਂ ਧੰਨਵਾਦ ਮੈਂ ਇਹਨਾਂ ਦਾ ਕਹਿੰਦਾ ਜਿਹੜੇ ਲਿਬੜੇ ਖੜ੍ਹੇ ਨੇ ਮੱਕੀ ਚਰੀ ਵੱਢ ਕੇ ਗਾਰੇ 'ਚ, ਸੱਪਾ ਸੁੱਤ ਕੋਈ ਰਿਸਕ ਨਹੀਂ ਮੰਨਿਆ, ਡਰ ਨਹੀਂ ਮੰਨਿਆ, ਠੀਕ ਹੈ। ਵੱਧ ਤੋਂ ਵੱਧ ਦਿਲੋਂ ਅਰਦਾਸ ਕਰਦੇ ਹਾਂ, ਅਸੀਂ ਇੰਨੇ ਲੈ ਕੇ ਹੈ ਨਹੀਂ ਸੀ ਜਿੰਨਾ ਸਾਡੇ ਕੋਲ ਲੰਗਰ ਜੁੜ ਗਿਆ। ਮਹਾਰਾਜ ਕਿਰਪਾ ਕਰਨਾ, ਕੱਲ੍ਹ ਨਹੀਂ ਪਰਸੋਂ 'ਚ ਉੱਥੇ ਇਹ ਚੱਲੀ ਜਾਊਗਾ, ਜਿਵੇਂ ਤੁਹਾਡਾ ਹੁਕਮ ਹੈ ਸੰਗਤ ਜੀ। ਦਾਨ ਬਹੁਤ ਜ਼ਿਆਦਾ ਹੋ ਗਿਆ, ਅੱਗੇ ਦੀ ਅੱਗੇ ਐਂ ਚੱਲੀ ਜਾਊਗਾ। ਜਿਹੜੇ ਵੀਰ ਭਰਾਵਾਂ ਨੇ ਕਰਨਾ ਚਾਹੁੰਦੇ ਨੇ ਹਾਲੇ ਵੀ ਕਰ ਸਕਦੇ ਹੋ, ਕੋਈ ਇਹ ਨਹੀਂ ਕਿ ਸਵੇਰੇ ਜਾ ਰਹੇ ਹਾਂ ਤਾਂ ਵੀ ਇਹ ਲੰਗਰ ਖਤਮ ਹੋ ਜੂਗਾ। ਹਾਂ, ਬਾਹਰੋਂ ਐਂਟਰੀਆਂ ਪਈਆਂ ਨੇ, ਸਾਡੇ ਲੋਕਲ ਜਿਹੜੇ ਯਾਰ ਮਿੱਤਰ ਨੇ, ਭੈਣ ਭਰਾ ਸਾਰਿਆਂ ਨੇ ਬਹੁਤ ਐਂਟਰੀਆਂ ਪਾਈਆਂ, ਕਈਆਂ ਤੇ ਇੰਨੀ ਤਨਖਾਹ ਵੀ ਸੀ ਜਿੰਨਾ ਉਹਨਾਂ ਨੇ ਦਾਨ ਕਰਤਾ। ਇਹ ਜਿਹੜੇ ਨੇ ਜਲਦੀ ਜਲਦੀ ਨਹੀਂ ਮਿਲਦੇ ਦੋਸਤੋ, ਹੋਰ ਜਿਨ੍ਹਾਂ ਨੇ ਵੀ ਲੰਗਰ 'ਚ ਦਾਨ ਦੇਣਾ ਵੱਧ ਤੋਂ ਵੱਧ ਦੇ ਦਿਓ, ਸਾਰਾ ਕੰਮ ਸਾਂਭਿਆ ਇਹਨਾਂ ਨੇ, ਅਤੇ ਜਿਹੜਾ ਵੀ ਹੈ ਸਵੇਰੇ ਲੰਘਾਂਗੇ ਪਾਤੜਾ ਮਾਨਕ ਸਾਈਡ, ਸੋਰੀ ਮੂਨਕ ਸਾਈਡ, ਵੱਧ ਤੋਂ ਵੱਧ ਹੋਰ ਵੀ ਦਾਨ ਕਰਨਾ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਜੇ ਕਿਸੇ ਕੋਲ 10 ਰੁਪਏ ਵੀ ਨੇ ਬਈ, 10 ਰੁਪਏ ਵੀ ਪਾ ਦਿਓ, ਠੀਕ ਹੈ। ਇਹ ਇਨਸਾਨੀਅਤ ਹੈ, ਆਹ 10 ਦਿਨਾਂ ਦੀ ਗੱਲ ਹੈ, ਲੋਕ ਭੁੱਖੇ ਮਰ ਰਹੇ, ਡੰਗਰ ਭੁੱਖੇ ਮਰ ਰਹੇ ਨੇ, ਬਹੁਤ ਡੰਗਰ ਰੁੜ ਗਏ, ਅਤੇ ਮੇਰੇ ਕਹਿਣ ਦਾ ਮਤਲਬ ਇਹੀ ਹੈ, ਰਸ, ਬ੍ਰੈਡ, ਰੋਟੀ,
ਤੁਹਾਡੇ ਕੋਲ ਜੋ ਵੀ ਹੈ ਦੁੱਧ ਹੈ ਅਮੁਲ ਦੇ ਪੈਕਟ ਉਹ ਚ ਕੈਮੀਕਲ ਹੁੰਦਾ ਉਹ ਖਰਾਬ ਨਹੀਂ ਹੁੰਦੇ ਉਹ ਵੱਧ ਤੋਂ ਵੱਧ ਜਿਹੜਾ ਵੀ ਹੈ ਆਪਣਾ ਵੱਧ ਤੋਂ ਵੱਧ ਜਿਹੜਾ ਵੀ ਆਪਣਾ ਤੁਹਾਡਾ ਪੈਸੇ ਗੂਗਲ ਪੇ ਕਰਨੇ ਨੰਬਰ ਵੀ ਪਾ ਰੱਖੇ ਮੇਰੇ ਸਾਰੇ ਭਰਾਵਾਂ ਦੇ ਚਾਰ ਪੰਜ ਨੰਬਰ ਨੇ ਹਨਾ ਤੇ ਵੱਧ ਤੋਂ ਵੱਧ ਬਈ ਸਹਾਇਤਾ ਕਰੋ ਯਾਰ ਠੀਕ ਹੈ ਪਰਸੋਂ ਟਰਾਲੀ ਜਿਹੜੀ ਸਵੇਰੇ ਟਰਾਲੀ ਆਣੀ ਸੀ ਆਪਾਂ ਅਪਡੇਟ ਪਾਈ ਸੀਗੀ ਉਹ ਪਰਸੋਂ ਜਾਊਗੀ ਥੋੜਾ ਐ ਵੀ ਸਮਾਨ ਹੋਰ ਇਕੱਠਾ ਜੋ ਹੈਰੀ ਵਾਰੀ ਕਹਿੰਦੇ ਉੱਥੇ ਡੰਗਰ ਬਹੁਤ ਸੁੰਨੇ ਜਿਹੜੇ ਨੇ ਭੁੱਖੇ ਮਰ ਰਹੇ ਨੇ ਜਿਵੇਂ ਕਹਿ ਲੋ ਸੁੰਨੇ ਕਹਿ ਲੋ ਜਾਂ ਘਰੇ ਰੱਖੇ ਹੋਏ ਨੇ ਹਨਾ ਉਹਨਾਂ ਵਾਸਤੇ ਹਰਾ ਤੂੜੀ ਦਾਣਾ ਜਾਂ ਫਿਰ ਮੱਕੀ ਦਾ ਚਾਰ ਵੀ ਅੱਜ ਕੱਲ੍ਹ ਬਈ ਬਹੁਤ ਪੈ ਰਿਹਾ ਠੀਕ ਹੈ ਦਿਲੋਂ ਆਪਾਂ ਕਹਿੰਦੇ ਵੀ ਸੇਵਾ ਕਰੋ ਯਾਰ ਵੱਧ ਤੋਂ ਵੱਧ ਪਰਸੋਂ ਜਾਊ ਜਿਹੜੀ ਟਰਾਲੀ ਹੋਰ ਸਮਾਨ ਬਾਕੀ ਬਾਈ ਤੁਸੀਂ ਬਈ ਉੱਥੇ ਤੁਹਾਨੂੰ ਪਤਾ ਹੀ ਹੈ ਪਿੰਡਾਂ ਦੇ ਪਿੰਡ ਉਜੜ ਗਏ ਪਾਣੀ ਨਾਲ ਬੁਰਾ ਹਾਲ ਹੋਇਆ ਪਿਆ ਤੇ ਲੋਕਾਂ ਦੇ